ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ। ਇਸ ਵਕਤ ਪੰਜਾਬ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਥਿਤੀਆਂ ਪਰਿਸਥਿਤੀਆਂ ਪੈਦਾ ਹੋਈਆਂ ਨੇ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਹੈ, ਸਰਕਾਰਾਂ ਇਸ ਗੱਲੋਂ ਚਿੰਤਤ ਨੇ ਕਿ ਜੇ ਰੇਲਾਂ ਨਹੀਂ ਚੱਲਦੀਆਂ, ਕੋਲਾ ਨਾ ਆਇਆ ਤਾਂ ਬਿਜਲੀ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ। ਵਿਦਿਆਰਥੀ ਇਸ ਗੱਲੋਂ ਪਰੇਸ਼ਾਨ ਹੈ ਕਿ ਔਨਲਾਈਨ ਪੜ੍ਹਾਈ ਕਰਕੇ ਕੀ ਅਸੀਂ ਉਸ ਤਰ੍ਹਾਂ ਦੇ ਨਤੀਜੇ ਲੈ ਪਾਵਾਂਗੇ ਜਿਸ ਤਰ੍ਹਾਂ ਦੇ ਪਹਿਲਾਂ ਲੈਂਦੇ ਸੀਗੇ। ਔਰ ਜਿਹੜਾ ਖਾਸ ਤੌਰ 'ਤੇ ਸਾਡਾ ਵਿਦੇਸ਼ ਜਾਣ ਵਾਲਾ ਵਰਗ ਹੈ, ਉਹਦੇ ਲਈ ਕਾਫੀ ਸਵਾਲ ਖੜੇ ਹੋ ਜਾਂਦੇ ਨੇ। ਸਵਾਲਾਂ ਤੋਂ ਭਾਵ ਹੈਗਾ ਕਿ ਉਹਦਾ ਪਹਿਲਾ ਮੁੱਢਲਾ ਸਟੈਪ ਹੁੰਦਾ ਕਿ ਆਇਲਸ ਕਰਕੇ ਵਿਦੇਸ਼ ਜਾਣਾ, ਉਹ ਕੋਈ ਹਲੇ ਤੱਕ ਕਲੈਰਿਟੀ ਨਹੀਂ ਕਦੋਂ ਖੁੱਲ੍ਹਣਾ। ਡੇਟਾਂ 2-3 ਵਾਰ ਅਨਾਊਂਸ ਹੋ ਚੁੱਕੀਆਂ, ਉਹਦੇ ਬਾਰੇ ਵੀ ਚਰਚਾ ਅਸੀਂ ਕਰਨੀ। ਐਕਸਪਰਟਸ ਬੁਲਾਏ ਨੇ ਨਵਨੀਜੀ ਕੋ ਗਲੋਬਲ ਤੋਂ, ਯੂਕੇ ਨੂੰ ਲੈ ਕੇ ਵੱਖ ਵੱਖ ਸਟੇਟਮੈਂਟਸ ਅਨਾਊਂਸਮੈਂਟਸ ਆਉਂਦੀਆਂ ਰਹਿੰਦੀਆਂ ਨੇ, ਉਹਦੇ ਬਾਰੇ ਚਰਚਾ ਕਰਨੀ ਬਣਦੀ ਇਸ ਵਕਤ। ਉਸ ਤੋਂ ਇਲਾਵਾ ਬਹੁਤ ਸਾਰਾ ਬੱਚਾ ਹੈ ਜਿਹੜਾ ਉਹ ਇਹ ਸੋਚਦਾ ਹੈ ਕਿ ਜੀ ਮੈਨੂੰ ਤਾਂ 18 ਦੇ ਵਿੱਚ ਜਾਂ 17 ਦੇ ਵਿੱਚ ਮੈਂ +2 ਕੀਤੀ ਸੀ, 3-4 ਸਾਲ ਦਾ ਗੈਪ ਪੈ ਗਿਆ, 5 ਦਾ ਪੈ ਗਿਆ, ਤਾਂ ਮੇਰੇ ਕੋਲ ਇਸ ਵਕਤ ਕੀ ਆਪਸ਼ਨਸ ਹੈਗੀ ਹੈ? ਕੀ ਮੈਂ ਸ਼ੈਨੇਗਨ ਕਿਸੇ ਵੀ ਕੰਟਰੀ 'ਚ ਜਾ ਪਾਊਂਗਾ ਜਾਂ ਨਹੀਂ ਜਾ ਪਾਊਂਗਾ? ਸੋ ਇਸੇ ਤਰ੍ਹਾਂ ਕੈਨੇਡਾ ਜਾਣ ਵਾਲੇ, ਆਸਟ੍ਰੇਲੀਆ ਜਾਣ ਵਾਲੇ, ਹਰ ਤਰ੍ਹਾਂ ਦੇ ਬੱਚੇ ਦਾ ਸਵਾਲ ਹੈ। ਸੋ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਆਪਣੇ ਆਪਣੇ ਜਿਹੜੇ ਨਿੱਜੀ ਸਵਾਲ ਨੇ ਉਹ ਹੁੰਦੇ ਨੇ। ਠੀਕ ਹੈ, ਵੱਖ ਵੱਖ ਚੈਨਲਾਂ ਨੇ ਖੇਤੀ ਨੂੰ ਲੈ ਕੇ, ਕਿਸੇ ਨੇ ਸਰਕਾਰਾਂ ਦੀ ਪਾਲਿਸੀ ਨੂੰ ਲੈ ਕੇ ਡਿਬੇਟ ਕਰਨੀ ਹੁੰਦੀ ਹੈ, ਪਰ ਸਾਡਾ ਇਹ ਮੰਚ ਜਿਹੜਾ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਵਿਦੇਸ਼ ਜਾਣ ਦੀ ਚਾਹਨਾ ਰੱਖੀ ਹੈ, ਉਹਨਾਂ ਨੂੰ ਅਸੀਂ ਕੋਈ ਸਹੀ ਤਰੀਕਾ ਜਿਹੜਾ ਰਾਹ ਦੱਸ ਸਕੀਏ। ਸੋ ਸ਼ੁਰੂਆਤ ਕਰਾਂਗੇ ਯੂਕੇ ਤੋਂ, ਉਹ ਐਂਡ ਦੇ ਵਿੱਚ ਜਿਹੜੀ ਹੈਗੀ ਆਸਟ੍ਰੇਲੀਆ ਬਾਰੇ ਅਸੀਂ ਥੋੜ੍ਹੀ ਜਿਹੀ ਚਰਚਾ ਕਰਾਂਗੇ। ਨਵਨੀ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਰਣਬੀਰ ਭਾਅ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। IPL ਦੇ ਵੱਡੇ ਵੱਡੇ ਮੈਚ ਛੱਡ ਕੇ ਸਾਡੇ ਕਿ ਨਹੀਂ ਦੇਖਦੇ ਹੋ, ਸ਼ੋਅ ਦੇਖਦੇ ਹੋ, ਪਿਆਰ ਦਿੰਦੇ ਹੋ, ਧੰਨਵਾਦੀ ਹਾਂ ਇਸ ਮੰਚ ਦੇ ਕੀਤੀ ਹੋਈ ਮਿਹਨਤ ਤੇ ਬਣਾਏ ਹੋਏ ਭਰੋਸੇ ਸਦਕੇ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ। ਸੋ ਇੱਕ ਵਾਰੀ ਫੇਰ ਧੰਨਵਾਦ ਜੀ। ਨਵਨੀ ਜੀ, ਪਹਿਲਾਂ ਥੋੜਾ ਜਿਹਾ ਯੂਕੇ ਵਾਲਾ ਆਈਏ ਕਿ ਯੂਕੇ ਜਿਹੜਾ ਹੈਗਾ ਉਹ ਕਈ ਚੀਜ਼ਾਂ ਨੂੰ ਲੈ ਕੇ ਬੜਾ ਸਖਤ ਹੈ, ਰਾਈਟ? ਉਹ ਫੰਡਾਂ ਨੂੰ ਲੈ ਕੇ ਬੜਾ ਸਖਤ ਹੈ, ਕੋਈ ਜਾਲੀ ਕਾਗਜ਼ ਲਾਉਂਦਾ ਤੁਰੰਤ ਚਣਕਾਪੁਰੀ ਦੇ ਵਿੱਚੋਂ ਪਰਚਾ ਦੇ ਕੇ ਬੰਦੇ ਨੂੰ ਤੇ ਨਾਲ ਏਜੰਟ ਨੂੰ ਅੰਦਰ ਕਰ ਦਿੰਦਾ। ਬਿਲਕੁਲ, ਕੋਈ ਹਰਕਤ ਘੱਟ ਕਰਦਾ ਯੂਕੇ ਦੇ ਨਾਲ, ਪਰ ਫਿਰ ਵੀ ਸਮੇਂ-ਸਮੇਂ ਅਨੁਸਾਰ ਉਹ ਕੋਈ ਨਾ ਕੋਈ ਤਬਦੀਲੀ ਹੈ ਜਿਹੜੀ ਪਾਲਿਸੀ ਉਹ ਚੇਂਜ ਕਰ ਦਿੰਦੇ ਨੇ। ਅੱਜ ਦਾ ਕਰੰਟ ਸਿਨੈਰੀਓ ਕੀ ਹੈ ਤੇ ਅੱਜ ਤੋਂ 6 ਮਹੀਨੇ ਬਾਅਦ ਕੀ ਹੋਣਾ ਜਦੋਂ ਮਾਰਚ ਅਪ੍ਰੈਲ ਦੇ ਵਿੱਚ ਸਾਰਾ ਕੁਝ ਠੀਕ ਹੋਊਗਾ? ਠੀਕ ਭਾਜੀ, ਯੂਕੇ ਨੂੰ ਆਪਾਂ 2-3 ਚੈਪਟਰਸ 'ਚ ਵੰਡ ਸਕਦੇ ਹਾਂ। ਇੱਕ ਚੈਪਟਰ ਪਹਿਲਾਂ ਕੀ ਨਵਾਂ 70 ਪੁਆਇੰਟ ਦਾ ਸਿਸਟਮ ਕੀ ਹੈ, ਦੂਜਾ ਵਿਦਆਊਟ ਆਇਲਸ ਵਿਦ ਆਇਲਸ ਜਾਂ ਕਿਹੜੇ ਕਿਹੜੇ ਟੈਸਟ ਨੂੰ ਪ੍ਰਮਾਣਤਾ ਹੈ ਉਹਦੇ 'ਤੇ ਮਾੜੀ ਜਿਹੀ ਗੱਲ ਕਰਾਂਗੇ, ਤੀਜਾ ਅਹਿਮ ਸਵਾਲ ਕਰਾਂਗੇ ਵੀ ਜਿਹੜੇ ਅੱਜ ਪੰਜਾਬ ਦੇ ਵਿੱਚ ਐਡ ਹੁੰਦੀ ਸੀ ਕਿ ਨੋ ਇੰਟਰਵਿਊ ਨੋ ਓਲਡ ਫੰਡ ਰਿਕੁਆਇਰਡ, ਉਹਨਾਂ ਦਾ ਕੀ ਹੋ? ਸੋ ਪਹਿਲਾ ਸਵਾਲ ਮੈਂ ਉਹਨਾਂ ਬੱਚਿਆਂ ਦਾ ਪਿਕ ਕਰਦਾ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਜਾਂ ਜਿਨ੍ਹਾਂ ਦੀ ਕੈਸ ਆਈ। ਸਭ ਤੋਂ ਵੱਡੀ ਜਾਂ ਸਭ ਤੋਂ ਇੰਪੋਰਟੈਂਟ ਧਿਰੋ ਹੈ, ਹਾਲਾਂਕਿ ਨਵੇਂ ਬੱਚੇ ਨੇ ਮੈਨੂੰ ਵਪਾਰ ਦੇਣਾ, ਪਰ ਸਭ ਤੋਂ ਇੰਪੋਰਟੈਂਟ ਧਿਰ ਹੈ ਜਿਹਦੀ ਫਾਈਲ ਜਾਂ ਹਾਈ ਕਮਿਸ਼ਨ 'ਚ ਹੈ ਜਾਂ ਕੈਸ ਆ ਗਈ। ਇੰਟਰਵਿਊ ਰੇਟ ਬਹੁਤ ਇੰਕਰੀਜ਼ ਕਰਤਾ ਗਿਆ, ਰਾਈਟ? ਕਿਉਂ ਇੰਕਰੀਜ਼ ਕੀਤਾ ਗਿਆ? ਜਦੋਂ ਪੰਜਾਬ 'ਚੋਂ ਹਰ ਅੰਗਰੇਜ਼ੀ ਦਾ ਟੈਸਟ ਨਵੇਂ ਤੋਂ ਨਵਾਂ ਜਾਂ ਵਿਦਆਊਟ ਆਇਲਸ MOI 'ਤੇ ਬੱਚਾ ਚੜ੍ਹਾਇਆ ਗਿਆ, ਜਦੋਂ ਬੱਚਾ ਏਅਰਪੋਰਟ 'ਤੇ ਉਤਰਦਾ ਸੀ, ਇਹ ਭੁੱਲ ਜਾਂਦੇ ਕਿ ਇਮੀਗ੍ਰੇਸ਼ਨ ਏਜੰਸੀ ਇੱਕੋ ਹੈ, ਉੱਥੋਂ ਫੀਡਬੈਕ ਨਹੀਂ ਆਉਂਦਾ ਕਿ ਬੱਚਾ ਕੀ ਕੁਆਲਿਟੀ ਆ ਰਿਹਾ ਕੀ ਨਹੀਂ ਆ ਰਿਹਾ, ਡਾਕੂਮੈਂਟਸ ਉਹਦੇ ਮੂਹਰੇ ਪਏ ਹੈ। ਸੋ ਇੱਕ ਜਿਹੜਾ 10 ਪੁਆਇੰਟ ਦਾ ਕੈਸ਼ 'ਚ ਪਾਇਆ ਉਹਦਾ ਵੀ ਇੰਪੈਕਟ ਆ, ਲੈਂਗੁਏਜ ਇਮਿਊਨਿਟੀ ਦਾ ਪਾਇਆ 10 ਪੁਆਇੰਟਸ ਦਾ, ਨੋਟ ਕੈਸ਼। ਸੋ ਇੰਟਰਵਿਊਜ਼ ਵਧੀਆ, ਬਟ ਇੰਟਰਵਿਊਜ਼ ਵਧਣ ਦਾ ਮਤਲਬ ਡਿਕਲਾਈਨ ਵਧਿਆ ਜੈਨੂਇਨ ਨਹੀਂ ਹੈ, ਬਟ ਡਿਕਲਾਈਨ ਵਧੇਗਾ। ਸੋ ਜੇ ਇਹਨੂੰ ਗੱਲ ਕਰੀਏ, ਪਹਿਲਾਂ 100 'ਚੋਂ ਜੇ 90 ਡਿਕਲਾਈਨ ਨਹੀਂ ਸੀ ਹੁੰਦੇ, ਹੁਣ ਸ਼ਾਇਦ 100 'ਚੋਂ 25 ਹੋਣਗੇ, ਬਟ ਜਿਹੜੇ 75 ਜੈਨੂਇਨ ਨੇ ਜਿਹੜੇ ਬੋਲ ਸਕਦੇ ਉਹ ਨਾ ਪਹਿਲਾਂ ਡਿਕਲਾਈਨ ਹੋਏ ਨਾ ਪ੍ਰੋਬੇਬਲੀ ਹੁਣ ਹੋਣ, ਰਾਈਟ? ਕੋਈ ਵੀ ਕੰਟਰੀ ਸਵਾਲ ਕੀ ਪੁੱਛਦੀ ਹੈ ਤੂੰ ਕਿਉਂ ਜਾ ਰਿਹਾ, ਕਿਹੜੇ ਕਾਲਜ ਜਾ ਰਿਹਾ, ਕੀ ਪੜ੍ਹਨ ਜਾ ਰਿਹਾ, ਉਹਦੇ ਕੰਟੈਂਟ ਕੀ ਹੈ, ਇੰਡੀਆ 'ਚ ਦੇ ਬਦਲੇ ਕੀ ਪੜ੍ਹ ਲੇਗਾ ਅਤੇ ਪੜ੍ਹ ਕੇ ਕੀ ਕਰੇਗਾ। ਨੋਰਮਲੀ ਇਹ 6 ਤੇਰੇ 'ਤੇ ਪੈਸੇ ਕੌਣ ਲਾ ਰਿਹਾ, ਜਿਹੜੇ ਪੈਸੇ ਲਾ ਰਿਹਾ ਉਹਦੀ ਆਮਦਨ ਕਿੰਨੀ ਹੈ। ਸੋ ਇਹ ਮੈਂ ਇੱਕ ਬਹੁਤ ਵੱਡਾ ਹਿੰਦ ਦੇਤਾ, ਬਹੁਤ ਸਾਰੇ ਏਜੰਟ ਆਮਦਨ 'ਤੇ ਬੱਚੇ ਨੂੰ ਮਰਵਾ ਦਿੰਦੇ ਆ। ਇਹ ਕਹਿ ਭਾਜੀ ਪਤਾ ਕਿ ਜਦੋਂ ਬੱਚਾ ਐਡ ਪੜ੍ਹਦਾ 40% 'ਚ ਯੂਕੇ ਜਾਊ, ਉਹਨੂੰ ਕੈਸ਼ ਮਿਲ ਗਿਆ, ਉਹਨੂੰ ਲੱਗਦਾ ਵੀ ਯੂਕੇ ਪਹੁੰਚ ਗਿਆ। ਸੋ ਸਾਡੇ ਏਜੰਟ ਦੇ ਦਫ਼ਤਰ ਯੂਕੇ ਵਧੀਆ ਬਣਾਏ ਹੋਏ, ਬਿਲਕੁਲ ਸਬਜ਼ ਬਾਗ ਖਾਨ ਦੀ ਜਿਹੜੀ ਸਾਡੀ ਫਿਤਰਤ ਹੈ ਪੰਜਾਬ 'ਚ, ਉਹ ਮੇਰੇ ਖਿਆਲ ਦੁਨੀਆ 'ਚ ਵਰਲਡ ਰਿਕਾਰਡ ਬਣ ਸਕਦੀ ਹੈ। ਜੇ ਕਿਤੇ ਗਿਨਸ ਰਿਕਾਰਡ ਹੁੰਦਾ ਨਾ ਇਹ ਏਜੰਟੀ ਦਾ, ਉਹ ਪੰਜਾਬ ਨੂੰ ਮਿਲ ਜਾਣਾ ਸੀ, ਰਾਈਟ? ਸੋ ਉੱਥੇ ਜਦੋਂ ਬੱਚਾ ਇੰਟਰਵਿਊ ਆਉਂਦੀ ਹੈ, ਉਹਨੂੰ ਲੱਗਦਾ ਨਹੀਂ ਮੇਰੀ ਇੰਟਰਵਿਊ ਆਉਣੀ ਹੈ, ਉਹਨੂੰ ਇੱਥੋਂ ਬੇਸਿਕਸ। ਉਹਦਾ ਭਾਜੀ ਇੱਕ ਬੱਚੇ ਸਾਡੇ ਕੋਲ ਡਿਕਲਾਈਨ ਹੋ ਕੇ ਆਈ, ਰੱਬ ਦੀ ਦਿਆਨਾ ਦੁਬਾਰਾ ਵੀਜ਼ਾ ਗ੍ਰਾਂਟ ਕਰਕੇ ਲੈ ਗਿਆ ਬੱਚਾ, ਕਿਉਂਕਿ ਉੱਥੇ ਵੀਜ਼ਾ ਅਫਸਰ ਤੋਂ ਥੋੜ੍ਹੀ ਕੁਤਾਹੀ ਰਹਿ ਗਈ ਸੀ ਐਂਡ ਥਰੂ ਹੋ ਗਈ। ਉਹਨੂੰ ਕਿਹਾ ਵੀ ਤੇਰੀ ਇਨਕਮ ਕਿੰਨੀ ਹੈ, ਰਾਈਟ? ਹੁਣ ਉਹ ਇਹ ਜਾਣਨਾ ਚਾਹੁੰਦੇ ਵੀ ਤੁਸੀਂ ਕਹਿ ਤਾਂ, ਤੁਹਾਡੇ ਏਜੰਟ ਨੇ ਕਹਿ ਤਾ ਤੇਰੇ ਕੋਲ ਫੰਡ ਪਏ ਆ 28 ਦਿਨ ਪੁਰਾਣੇ, ਤੂੰ ਕਹਿਣਾ ਮੇਰੇ ਫਾਦਰ ਦੇ ਆ। ਉਹ ਭਰਾ, ਫੰਡ ਤਾਂ ਵਨ ਟਾਈਮ ਹੈ, ਅੱਗੇ ਕੀ ਕਰੇਗਾ, ਬਾਕੀ ਮੈਂ ਕਮਾਊਂਗਾ। ਹੁਣ ਕਹੂੰਗਾ ਜੀ ਬਾਪੂ ਦੀ ਇਨਕਮ ਕਿੰਨੀ, 4 ਕਿੱਲੇ ਆ ਜੀ, 6 ਲੱਖ ਰੁਪਏ ਆਮਦਨ ਆ, ਉਹਨੂੰ ਵੀ ਪਤਾ ਤਹਿਸੀਲਦਾਰ ਸਰਟੀਫਿਕੇਟ ਕਿੰਨੇ ਦਾ ਦਿੰਦਾ, ਬਿਲਕੁਲ, ਰਾਈਟ? ਸੋ ਪ੍ਰੀਪੇਅਰਡ, ਇਹ ਨਹੀਂ ਹੈ ਕਿ ਸੋਲੂਸ਼ਨ ਨਹੀਂ ਹੈ, ਹੱਲ ਨਹੀਂ ਹੈ, ਵੱਲ ਨਹੀਂ ਹੈ, ਛੱਲ ਨਹੀਂ ਹੈ, ਬਟ ਪ੍ਰੀਪੇਅਰਡ ਜੀ। ਦੂਜੀ ਭਾਜੀ, ਇੰਟਰਵਿਊ ਜ਼ਿਆਦਾ ਆਉਣਗੀਆਂ ਕਿਹੜੀਆਂ, ਕਿੰਨਾ ਨਹੀਂ,
ਹੁਣ ਯੂਕੇ ਨੇ ਜਿਹੜਾ 70 ਪੁਆਇੰਟ ਦਾ ਨਵਾਂ ਸਿਸਟਮ ਬਣਾਇਆ ਉਹਦੇ ਵਿੱਚ 40 ਪੁਆਇੰਟਸ ਯੂਕੇ ਨੇ 50 ਪੁਆਇੰਟਸ ਯੂਕੇ ਨੇ ਕੈਸ਼ ਦੇ ਕਰਤੇ ਸੋ 50 ਪੁਆਇੰਟਸ ਦੇ ਕੈਸ਼ ਦੇ ਆ ਉਹ 30 ਸੀਗੇ ਉਹ 50 ਹੋ ਗਏ 10 ਪੁਆਇੰਟ ਅੱਜ ਵੀ ਫੰਡਸ ਦੇ ਆ ਇਨਰ ਲੰਡਨ ਦੇ ਫੰਡਸ ਨੂੰ ਥੋੜਾ ਫਰਕ ਪਿਆ ਬਾਕੀ ਆਲ ਰਿਮੇਨ ਸੇਮ ਰਾਈਟ ਉਹ ਵੀ ਬੱਚਿਆਂ ਨੂੰ ਦਿੱਕਤ ਤਾਂ ਨਹੀਂ ਹੋਈ ਉਹ ਪੈਸੇ ਯੂਨੀਵਰਸਿਟੀ ਨੂੰ ਭੇਜਤੇ ਬੱਚਿਆਂ ਦੇ ਫੰਡ ਇਕੁਅਲਾਈਜ਼ ਹੋ ਗਏ ਤੀਜੀ ਜਿਹੜੀ ਉਹਨਾਂ ਨੇ ਇੱਕ ਸ਼ਾਂਤੀਪੂਰਵਕ ਗੱਲ ਕੀਤੀ ਹੈ ਲਿੰਗੁਇਸਟਿਕ ਐਬਿਲਿਟੀ ਲੈਂਗੁਏਜ ਦੀ ਤੁਹਾਡੇ ਮਾਪਦੰਡ ਕੀ ਹੈ ਜਿਹਦਾ ਤਾਂ ਆਇਲਸ ਸਰਟੀਫਿਕੇਟ ਇਹਦੇ ਵਿੱਚ ਦੋਵੇਂ ਚੀਜ਼ਾਂ ਸ਼ਾਮਲ ਹੈ ਜਿਹੜਾ ਪੈਰਾਮੀਟਰ ਇੱਕ ਬੱਚੇ ਨੂੰ ਮਾਪਣ ਦਾ ਕਿ ਜੋ ਆਇਲਸ ਦੇ ਲੈਪੀਟੀ ਜੋ ਵੀ ਉਹਨਾਂ ਦੀ ਆਪਣੀ ਇਹ ਇਹ ਭਾਜੀ ਇੱਕ ਪੂਰਾ ਵਿਸ਼ਾ ਹੈ ਮੈਂ ਇਹ ਤੇ ਆ ਰਿਹਾ ਕਿ ਇਹ 10 ਪੁਆਇੰਟ ਕੀ ਸਾਨੂੰ 70% ਨਾਲ ਵੀ ਮਿਲਣਗੇ ਬਿਲਕੁਲ ਸੋ ਇੱਕ ਲੈਂਗੁਏਜ ਐਬਿਲਿਟੀ ਪ੍ਰੂਵ ਕਰਨ ਦਾ ਕਾਲਜ ਕੋਲ ਤਰੀਕਾ ਕੀ ਯੂਨੀਵਰਸਿਟੀ ਕੋਲ ਆਇਲਸ ਪੀਟੀ ਜਾਂ ਡਿਊਲਿੰਗੋ ਵਰਗੇ ਨਵੇਂ ਟੈਸਟ ਜਿਨ੍ਹਾਂ ਨੂੰ ਕਾਫੀ ਯੂਨੀਵਰਸਿਟੀਜ਼ ਨੇ ਮਨਾ ਕਰਤਾ ਹੁਣ ਜਾਂ ਉਹਨਾਂ ਦੇ ਆਪਣੇ ਹੋਰ ਕਈ ਟੈਸਟਸ ਹੈ ਜਾਂ ਤੀਜਾ ਪੈਰਾਮੀਟਰ ਜਿਹੜਾ ਆਉਂਦਾ ਹੁੰਦਾ ਹੈ ਸਟੈਂਡਰਡ ਟੈਸਟ ਨਾਨ ਸਟੈਂਡਰਡ ਟੈਸਟ ਤੋਂ ਬਾਅਦ ਆਉਂਦਾ MOI ਜਿਹੜੀ ਭਾਜੀ ਨੇ ਗੱਲ ਕਹੀ 70% ਮੀਡੀਅਮ ਆਫ ਇੰਸਟ੍ਰਕਸ਼ਨ ਚੌਥਾ ਪੈਰਾਮੀਟਰ ਆਉਂਦਾ ਹੁੰਦਾ ਕਿ ਅਸੀਂ ਆਪਣੀ ਅਸੈਸਮੈਂਟ ਇੰਟਰਵਿਊ ਲੈ ਕੇ ਬੱਚੇ ਨੂੰ ਇਨਰੋਲ ਕੀਤਾ ਸੋ ਪਹਿਲੇ ਦੋ ਪੈਰਾਮੀਟਰ ਜਿਹੜੇ ਟੈਸਟ ਵਾਲੇ ਨੇ ਉਹ ਤਾਂ ਵੈਰੀਫਾਈਬਲ ਹੈ ਐਕਸੈਪਟੇਬਲ ਹੈ ਉਹ ਤੇ ਸ਼ੱਕ ਹੋਣ ਦੀ ਉਹਨਾਂ ਦੀ ਜਿਹੜੀ ਸੂਈ ਹੈ ਉਹ ਘੱਟ ਜਾਊ ਰਾਈਟ ਹੁਣ ਜਿੱਥੇ MOI ਹੈ ਵੀਜ਼ਾ ਅਫਸਰ ਰੈਂਡਮਲੀ ਇਹ ਵੀ ਸੋਚ ਸਕਦਾ ਹੈ ਜਿਹਦਾ ਜਵਾਬ ਮਿਲ ਗਿਆ ਮੈਨੂੰ ਜ਼ਰੂਰ ਦਿਓ ਮੈਨੂੰ ਆਉਂਦਾ ਨਹੀਂ ਜੇ ਚੱਜ ਨਾਲ ਦਾ ਜਵਾਬ ਕਿ ਮੇਰੇ 70% ਨੰਬਰ ਇੰਗਲਿਸ਼ 'ਚ ਹੈ ਮੈਂ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਪਰ ਮੈਂ ਆਇਲਸ ਕੀਤੀ ਨਹੀਂ 14,000 ਰੁਪਏ ਬਚਾਇਆ 14,000 ਰੁਪਇਆ ਬਚਾ ਕੇ ਤੂੰ ਆਇਲਸ ਨਹੀਂ ਕਰ ਰਿਹਾ ਕਿਹੜਾ ਬੰਦਾ ਹੁੰਦਾ ਜਿਹੜਾ ਬਾਹਰ ਜਾਂਦੀ ਜੇ ਆਪਾਂ ਸੋਚੀਏ ਕਿ ਜੀ ਮੈਂ ਕਿਸੇ ਹੋਰ ਕੰਟਰੀ ਦੀ ਟਰਾਈ ਨਹੀਂ ਕੀਤੀ ਤੇ ਮੈਂ ਕੁਛ ਕੀਤਾ ਨਹੀਂ ਜੀ ਉਹ ਪੰਜਾਬ ਦੇ ਵਿੱਚ ਨਾ ਦੋ ਚੀਜ਼ਾਂ ਬੜੀਆਂ ਮਸ਼ਹੂਰ ਨੇ ਕਿ ਜਦੋਂ ਪਾਸਪੋਰਟ ਬਣਾਉਣਾ ਹੁੰਦਾ ਤਾਂ ਬੜੇ ਔਖੇ ਜਿਹੇ ਸ਼ਬਦ ਬੋਲਦੇ ਨੇ ਤਾਂ ਥਾਈਲੈਂਡ ਲਈ ਬਣਦਾ ਸਾਡਾ ਮੈਂ ਘੁੰਮਣ ਜਾਣਾ ਨੇੜੇ ਹੈ ਸਸਤਾ ਹੈ ਦੂਸਰਾ ਹਰ ਬੱਚਾ ਪੜ੍ਹਨ ਤੋਂ ਬਾਅਦ ਚਾਹੇ ਉਹ ਵਿਦੇਸ਼ ਜਾਵੇ ਨਾ ਜਾਵੇ ਉਹ ਆਪਣੇ ਆਪ ਨੂੰ ਟੈਸਟ ਕਰਨ ਵਾਸਤੇ ਚਾਹੇ ਉਹਨੇ ਕੁਛ ਵੀ ਕਰਨਾ ਆਇਲਸ ਦਾ ਪੰਗਾ ਉਹ ਜ਼ਰੂਰ ਲੈ ਉਹ ਇੰਟਰਵਿਊ ਦੇ ਜਿਹੜੇ ਪੈਰਾਮੀਟਰ ਸਾਨੂੰ ਪੇਸ਼ ਕੀਤੇ ਗਏ ਕੈਸ਼ ਲੈਂਦੇ ਹੋਏ ਕੀ ਬੱਚਾ ਉਹਨਾਂ ਦੇ ਖੜਾ ਉੱਠਦਾ ਭਾਜੀ ਹੁਣ ਨਾ ਲੋਕਾਂ ਨੇ ਜਿਹੜੀ ਸਕੀਮ ਲੈਣੀ ਆ ਉਹ ਬਾਈ ਜੇ ਕੋਈ ਨਹੀਂ ਇੰਟਰਵਿਊ ਕੋਈ ਹੋਰ ਦੇ ਦੇਗਾ ਇਹ ਅਗਲਾ ਸਵਾਲ ਆਉਣਾ ਤੇ ਜੇ ਉਹਨਾਂ ਨੇ ਉਸੇ ਵੇਲੇ ਕਹਿਤਾ ਵੀ ਸਕਾਈਪ ਕਾਲ ਕਰ ਦਿਓ ਪਾਸਪੋਰਟ ਦੀ ਕਾਪੀ ਦਿਖਾ ਦਿਓ ਜਾਂ ਜੇ ਸੇਮ ਰਿਕਾਰਡਿੰਗ ਵੀ ਹੁੰਦੀ ਹੈ ਜੀ ਕਈ ਵਾਰ ਜੇ ਸੇਮ ਇੰਟਰਵਿਊ ਉਹਨਾਂ ਨੇ ਏਅਰਪੋਰਟ ਤੇ ਪਲੇ ਕਰਕੇ ਆਵਾਜ਼ ਚੈੱਕ ਕਰ ਲਈ ਕੀ ਬਣੂਗਾ ਤੁਹਾਡੇ ਏਜੰਟ ਦਾ ਜਾਂ ਤੁਹਾਡਾ ਮੈਨੂੰ ਨਹੀਂ ਪਤਾ ਸੋ ਇਹ ਹੁਣ ਨਵਾਂ ਤੁਹਾਡੇ ਤੇ ਲੋਕੀ ਰੇਟ ਵਧਾ ਦੇਣਗੇ ਹੁਣ ਭਾਜੀ ਆਪਣੇ ਸ਼ੋਅ ਦਾ ਨੁਕਸ ਪਤਾ ਕੀ ਨਿਕਲਣਾ ਪੈਕੇਜ ਮਹਿੰਗੇ ਹੋ ਜਾਣੇ ਵੀ ਇੰਟਰਵਿਊ ਵਿੱਚੇ ਕਰਾਂਗੇ ਰਾਈਟ ਸੋ ਇਹ ਵਰਡ ਆ ਜੂਗਾ ਇੱਕ ਚੀਜ਼ ਹੋਰ ਐਡ ਆਨ ਹੋ ਗਈ ਨਗੇਸ ਪੁਣਾ ਭਾਜੀ ਪੰਜਾਬ 'ਚ ਬਹੁਤ ਗਲਤ ਵਰਡ ਆ ਯੂਜ਼ ਕਰਨਾ ਪਰ ਆਪਾਂ ਵੀ ਇੰਟਰਵਿਊ ਵਿੱਚ ਕਰ ਲਾਂਗੇ ਤੱਕੇ ਨਾਲ ਖੇੜਾ ਬੋਲੀ ਜਾਂਦਾ ਅੱਛਾ ਚਲੋ ਏਜੰਟ ਨੇ ਇੰਟਰਵਿਊ ਕਲੀਅਰ ਕਰਤੀ ਤੁਸੀਂ ਯੂਕੇ ਪਹੁੰਚ ਗਏ ਹੁਣ ਏਜੰਟ ਪੜ੍ਹਨ ਆਊਗਾ ਕੌਣ ਆਊਗਾ ਪੜ੍ਹਨ ਰਾਈਟ ਕਿੰਨਾ ਕੁ ਔਖਾ ਹੈ ਯਾਰ ਕਿੰਨਾ ਕੁ ਔਖਾ ਰਾਈਟ ਸੋ ਇਹ ਭਾਜੀ ਯੂਕੇ ਦੇ ਮੇਜਰ ਬਦਲਾਵ ਹੈ ਇੰਟਰਵਿਊਸ ਹੋਣ ਹੋ ਗਈਆਂ ਹਾਂ ਪੋਜ਼ਿਟਿਵ ਗੱਲ ਜਿਹੜੀ ਆਪਾਂ ਕਹੀਏ ਜਿਹਦੇ ਨਾਲ ਪੋਜ਼ਿਟਿਵ ਚੀਜ਼ ਹੈ ਕਿ ਉਹਨਾਂ ਦੀ ਮਨਸ਼ਾ ਲੌਂਗ ਟਰਮ ਦਿਖਦੀ ਰਣਵੀਰ ਭਾਈ ਤੁਸੀਂ ਦੂਜਾ ਸਵਾਲ ਕਿਹਾ ਸੀ ਕਿ ਮਾਰਚ ਅਪ੍ਰੈਲ ਕੀ ਦੇਖਦੇ ਜੀ ਮੈਂ ਜੈਨੂਇਨਲੀ ਤਾਂ ਸਵਾਲ ਪੁੱਛਿਆ ਨੁਨੀਤ ਜੀ ਜੀ ਕਿ ਜਦੋਂ ਟੀਅਰ 4 2008 ਵੱਲ ਝਾਤ ਮਾਰਦੇ ਆ ਤਾਂ ਬੱਚਿਆਂ ਦਾ ਸੜਕਾਂ ਤੇ ਘੁੰਮਣਾ ਗੁਰਦੁਆਰਿਆਂ 'ਚ ਖਾਣਾ ਖਾਣਾ ਪਾਈਪਾਂ ਦੇ ਵਿੱਚ ਸੋਣਾ ਉਹ ਹਾਲਾਤ ਪੈਦਾ ਹੋਏ ਸੀ ਕਿ ਪ੍ਰਾਈਵੇਟ ਕਾਲਜਾਂ ਨੇ ਬੱਚਿਆਂ ਨੂੰ ਕੈਸ਼ ਲੈਟਰ ਇਵੇਂ ਵੰਡੇ ਸੀ ਜਿਵੇਂ ਕਿ ਚਾਰ ਲੰਗਰ ਪਕੌੜੇ ਖੁੱਲੇ ਨਹੀਂ ਮਿਲਦੇ ਲੰਗਰਾਂ ਦੇ ਵਿੱਚ ਮਿਲਦੇ ਆ ਇਹ ਵਰਡ ਮਸ਼ਹੂਰ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਕੋਈ ਗੱਲ ਨਹੀਂ ਟਿਕਟ ਬੁੱਕ ਕਰਾ ਲਓ ਵੀਜ਼ਾ ਦਾ ਆ ਹੀ ਜਾਣਾ ਠੀਕ ਹੈ ਬਾਲੀ ਵਾਰਸ ਕੋਈ ਨਹੀਂ ਸੀ ਇੰਸਟੀਟਿਊਸ਼ਨ ਦਾ ਹਾਂ ਇਹ ਬਦਲਾਅ ਜ਼ਰੂਰ ਆ ਗਿਆ ਕਿ ਹੁਣ ਸਰਕਾਰ ਦਾ ਪੂਰਾ ਪੂਰਾ ਕੁੰਡ ਹੈ ਉਸ ਚੀਜ਼ ਦੇ ਉੱਪਰ 100% ਮੈਂ ਗਲਤੀ ਵਰਡ ਹੀ ਗਲਤ ਯੂਜ਼ ਕਰ ਗਿਆ ਫਿਊਚਰ ਜਿਹੜਾ ਪਹਿਲਾਂ ਦਾ ਉਹ ਤਾਂ ਫਿਊਚਰ ਹੈ ਹੀ ਨਹੀਂ ਸੀ ਤਾਂ ਕਾਲੇ ਕਾਲੇ ਦਿਨ ਸੀ ਬੱਚੇ ਭਾਜੀ ਅੱਜ ਲੋਕਾਂ ਦੇ ਸਵਾਲ ਪਤਾ ਕੀ ਆਉਂਦੇ ਕਿ ਜੇ 7 ਸਾਲ ਮੇਰਾ ਬੱਚਾ ਇਲੀਗਲ ਰਹਿ ਲੂਗਾ 2.5 ਸਾਲ ਦਾ ਸਟੇ ਮਿਲ ਜੂ 10 ਸਾਲ ਹੋ ਗਏ ਮੇਰੀ PR ਹੋ ਜਿਹੜੇ ਅੱਜ ਬੱਚੇ ਯੂਨੀਵਰਸਿਟੀਆਂ 'ਚ ਗਏ ਯੂਨੀਵਰਸਿਟੀ ਸਟੂਡੈਂਟ ਇਹ ਨਹੀਂ ਦੇਖ ਰਹੇ ਕਿ ਪੋਸਟ ਸਟੱਡੀ ਵਰਕ ਰਾਈਟਸ ਕੀ ਨੇ ਸਵਾਲ ਭਾਜੀ ਮੈਨੂੰ ਇੱਕ ਬੰਦੇ ਨੇ ਯੂਟਿਊਬ ਲਿੰਕ ਭੇਜਿਆ ਸ਼ੋਅ 'ਤੇ ਜਿੱਥੇ ਬੰਦਾ ਸ਼ਰੇਆਮ ਕਰੇ ਤੁਸੀਂ ਯੂਕੇ ਕਿਸੇ ਵੀ ਵੀਜ਼ੇ 'ਤੇ 7.5-7 ਸਾਲ ਰਹਿ ਰਹੇ ਤੁਹਾਡਾ ਬੱਚਾ 7 ਸਾਲ ਉੱਥੇ ਰਹਿ ਰਿਹਾ ਸਟੇਟਲੈਸ ਚਾਈਲਡ ਹੋ ਕੇ 2.5 ਲੱਖ ਰੁਪਏ 2.5 ਸਾਲ ਦਾ ਹੋਰ ਮਿਲ ਗਿਆ ਸੋ 10 ਸਾਲ ਹੋ ਗਏ ਤੁਸੀਂ PR ਏਦਾਂ ਯੂਕੇ ਸੈਲ ਕਰ ਰਹੇ ਹਾਂ ਆਪਾਂ ਇਹ ਨਹੀਂ ਸਮਝਾਉਣਾ ਚਾਹ ਰਹੇ ਕਿ ਉਹ ਟੀਅਰ 2 ਸਿਸਟਮ ਖਤਮ ਕਰ ਰਹੇ ਹੈ ਮੁੜ ਕੇ ਇੰਪਲੋਇਰਸ ਦੀ ਲਿਸਟ ਵਧੂਗੀ ਉਹਦੀਆਂ ਨਵੀਆਂ ਕਲਾਸੀਫਿਕੇਸ਼ਨਸ ਆ ਰਹੀਆਂ ਨੇ ਜੀ ਸਾਡਾ ਦੁਖਾਂਤ ਹੈ ਪੰਜਾਬ ਦਾ ਬਿਲਕੁਲ ਜਦੋਂ ਅਸੀਂ 84 ਦੇ ਵਿਕਟਮ ਜਾਂ ਵੈਸੇ ਹੀ ਜਿਹੜੇ ਪਰਿਵਾਰ ਵਿਚਾਰੇ ਕਿਸੇ ਹਾਲਾਤਾਂ ਦੇ ਮਾਰੇ ਹੋਏ ਸੀ ਉਹਨਾਂ ਨੂੰ ਕਿਹਾ ਤੁਸੀਂ ਜਿਸ ਆ ਕੇ ਸਾਇਲਮ ਲੈ ਲਓ
सैलम का किसी को अर्थ नहीं पता सी, आप लोग यूके ने वो बेचारे बिठाते, कई परिवार ऐसे ने जिहड़े 40-40 साल तो दोबारा वापस भारत परते ही नहीं। अज असी कह रहे हैं जी आप कर लो तुम स्टेटलैस पा लो, फलाना कर लो, ढिमका कर लो, जे कल कानून च कोई तब्दीली आउंदी क्यों नहीं आ सकदी, बच्चा की करेगा जी। ਭਾਜੀ ਇੱਕ ਗੱਲ, ਆਪਾਂ ਜਾ ਹੀ ਜੁਗਾੜ ਸੋਚ ਕੇ ਰਹੇ ਹਾਂ ਜਾਂ ਰੋਂਗ ਫੁਟਿੰਗ 'ਤੇ ਜਾ ਰਹੇ ਹਾਂ ਇੱਕ ਗਲਤ ਭਰੋਸੇ 'ਤੇ। ਜੇ ਮੈਂ ਇਹ ਸੋਚ ਕੇ ਜਾਵਾਂ ਕਿ ਓਕੇ ਯਾਰ ਮੈਂ ਪੜ੍ਹਾਈ ਕਰੂੰਗਾ, ਭਾਜੀ ਮੈਂ ਇੱਕ ਯੂਨੀਵਰਸਿਟੀ ਨਾਲ ਬੈਠਾ ਪਿੱਛੇ, ਉਹ ਲੋਅ ਸਪੈਸ਼ਲਾਈਜ਼ ਕਰ ਜੀ। ਸੋ ਮੇਰੀ ਅੱਜ ਕੱਲ੍ਹ ਫੇਸਬੁੱਕ 'ਤੇ ਕੈਂਪੇਨ ਵੀ ਚੱਲ ਰਹੀ ਹੈ ਕਿ ਯੂਕੇ ਦਾ ਜਿਹੜਾ ਕਾਨੂੰਨ ਹੈ ਉਹ ਸਾਡਾ ਨਾਲ ਬਹੁਤ ਮੇਲ ਖਾਂਦਾ, ਯਾਨੀ ਜਾਂ ਸਾਡਾ ਕਾਨੂੰਨ ਉਹਨਾਂ ਨਾਲ ਬਹੁਤ ਮੇਲ ਖਾਂਦਾ। ਸੋ ਸਾਡੇ ਕੋਲ ਐਲ ਐਲ ਐਮ ਦੇ ਪ੍ਰੋਗਰਾਮਸ ਜਿਸ 'ਚ ਬਾਰ ਕੌਂਸਲ ਰਜਿਸਟ੍ਰੇਸ਼ਨ, ਸੋਲੀਸਿਟਰਸ ਨਾਲ ਵਰਕਿੰਗ, ਮੇਰੇ ਕੋਲ ਪ੍ਰੋਗਰਾਮ ਹੈ ਜਿਹਦੇ 'ਚ ਭਾਜੀ ਯੂਨਾਈਟਿਡ ਨੇਸ਼ਨਸ ਇੰਟਰਨਸ਼ਿਪ ਹੈ। ਯੂਕੇ ਪੰਜਾਬ 'ਚ ਕੀ ਕਹਿ ਕੇ ਵੇਚਿਆ ਜਾਂਦਾ, 8 ਸਾਲ ਦਾ ਗੈਪ ਐਕਸੈਪਟੇਬਲ, 45% ਅੰਗਰੇਜ਼ੀ 'ਚ ਫੀਸ, ਸਾਰੀ ਵੀਜ਼ੇ ਤੋਂ ਬਾਅਦ ਖਤਮ ਯੂਕੇ, ਯੂਕੇ ਖਤਮ, ਇਸ ਤੋਂ ਉੱਪਰ ਯੂਕੇ ਦੀ ਗੱਲ ਹੀ ਨਹੀਂ ਹੈ, ਰਾਈਟ। ਵੀ ਜਿਵੇਂ ਪਤਾ ਨਹੀਂ ਕਿ ਫੀਸ ਆਫਟਰ ਵੀਜ਼ਾ ਦੇ ਕੇ ਜਾਂ ਯੂਕੇ ਪਹੁੰਚ ਕੇ ਕਿਹੜਾ ਮੱਲ ਮਾਰ ਲਿਆ। ਦੂਜਾ ਜਵਾਬ ਲੋਕਾਂ ਨੂੰ, ਮੈਂ ਇੱਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਭਾਜੀ ਉੱਥੇ ਗਿਆ ਕਿਹੜਾ ਕੋਈ ਮੁੜਦਾ, ਦੱਸੋ। ਇਹ ਤਾਂ ਕਲਾਇੰਟ ਦਾ ਮਾਈਂਡਸੈਟ ਹੋ ਗਿਆ, ਏਜੰਟਾਂ ਨੇ ਇੰਨਾ ਬ੍ਰੇਨ ਵਾਸ਼ ਕਰਤਾ ਕਿ ਭਗਤ ਮੇਰੇ ਨਾਲ ਫਾਦਰ ਬੈਠਾ, ਆਪ ਦੇ ਮੁੰਡੇ ਨੂੰ ਦੋ ਨੰਬਰ ਹੋਣ ਨੂੰ ਕਹਿ ਰਿਹਾ। ਮੇਰੇ ਕੋਲ ਇੱਕ ਮੁੰਡਾ ਭੇਜਿਆ ਭਾਜੀ ਰਵਿੰਦਰ, ਰਵਿੰਦਰ ਤੇਰੀ ਗੱਲ ਸ਼ੇਅਰ ਕਰ ਰਹੇਗਾ ਕਿ ਸਾਰਿਆਂ ਨਾਲ, ਇਹ ਗਰੀਬ ਮੇਰੇ ਕੋਲ ਤਕਰੀਬਨ 8 ਮਹੀਨੇ ਲਟਕਿਆ, ਇੱਥੋਂ ਕਈ ਬਾਅਦ ਵਾਲੇ ਬੱਚੇ ਜਹਾਜ਼ ਚੜ ਗਏ, ਇਹਦੀ ਕਿਸਮਤ 'ਚ ਵਿਚਾਰੇ ਦੇ ਬਹੁਤ ਮੁਸ਼ਕਲਾਂ ਸੀ, ਇਹ ਪਹੁੰਚਿਆ। ਮੈਨੂੰ ਕਹਿੰਦਾ ਸਰ ਬੱਚਿਆਂ ਨੂੰ ਥੋੜ੍ਹਾ ਜਿਹਾ ਕਹੋ ਕਿ ਹੋਸਪਿਟੈਲਿਟੀ, ਕੰਸਟਰਕਸ਼ਨ, ਮਕੈਨੀਕਲ ਅਤੇ ਇਲੈਕਟ੍ਰੀਕਲ ਦੇ ਪ੍ਰੋਗਰਾਮ ਕਰ ਰਹੇ। ਮੈਂ ਤੂੰ ਸਮਝਦਾ ਸੀ ਉਰੇ, ਤੂੰ ਸਮਝਦਾ ਸੀ, ਮੈਂ ਕਿਹਾ ਤੇਰੇ ਐਕਸਪੀਰੀਅੰਸ ਅੱਜ ਛੇ ਕੋਈ ਬੱਚਾ ਸਮਝ ਦੇ। ਯੂਕੇ 'ਚ ਬੇ ਇੰਤਹਾ ਕੰਸਟਰਕਸ਼ਨ ਹੈ, ਯੂਕੇ 'ਚ ਹੋਸਪਿਟੈਲਿਟੀ ਦੀ ਜੋਬਸ ਖਤਮ ਹੀ ਨਹੀਂ ਹੋ ਸਕਦੀਆਂ, ਰਾਈਟ। ਸੋ ਬੱਚਾ ਇੱਧਰ ਤੁਰਨ ਦੀ ਬਜਾਏ ਤੁਰਦਾ ਇਹ ਹੈ ਵੀ ਕਿੱਥੇ 45% ਹੈ, ਕਿੱਥੇ 3.5 ਲੱਖ ਦੀ ਐਡ ਹੈ, ਕਿੱਥੇ ਪੈਸੇ ਤੋਂ ਬਾਅਦ ਦੀ ਐਡ। ਭਾਜੀ ਯੂਕੇ ਦੇ ਵਿੱਚ ਅੱਜ ਲਗਭਗ 30,650 ਟੀਅਰ 2 ਇੰਪਲੋਇਰਸ ਹੈ। ਜੇ ਸਿਸਟਮ ਓਪਨ ਕਰਦੇ ਹਾਂ, ਬੈਟਰ ਕਰਦੇ ਹਾਂ, ਸੋ ਇਟ ਵਿਲ ਵੀ ਘੱਟੋ ਘੱਟ 60-70-80 ਲੱਖ ਇੰਪਲੋਇਰ ਹੋਏਗਾ। ਜੇ ਹਰ ਇੰਪਲੋਇਰ ਕੋਲ ਵੀ 2-2-3-3 ਜੋਬਸ ਵੀ ਹੋਣ, 2-2-3-3, ਕੀ ਯੂਕੇ 'ਚ ਕਿਸੇ ਵੇਲੇ ਵੀ 4 ਲੱਖ ਬੱਚਾ ਇੰਟਰਨੈਸ਼ਨਲ ਜੋਬ ਲੈਣ ਬੈਠਾ? ਨਹੀਂ ਬੈਠਾ, ਨਹੀਂ ਬੈਠਾ, ਕਿਉਂਕਿ ਹਰ ਬੱਚਾ ਇਕੱਲਾ ਸਟੂਡੈਂਟ ਵੀ, ਜਿਹੜੇ ਕਈ ਬੱਚੇ ਦਿੱਲੀ ਬੰਬੇ ਜਾਂ ਕਿਤੋਂ ਜਾਂਦੇ, ਉਹਨਾਂ 'ਚ ਕਈ ਬੱਚੇ ਜੋਬ ਕਰਨਾ ਹੀ ਨਹੀਂ ਚਾਹੁੰਦੇ, ਉਹ ਪੜ੍ਹ ਕੇ ਵਾਪਸ ਪਰਤਣਾ ਚਾਹੁੰਦੇ ਆ। ਸੋ ਯੂਕੇ ਨੂੰ ਜੇ ਆਪਾਂ ਸੰਜੀਦਾ ਤਰੀਕੇ ਲਈਏ ਤਾਂ ਇਟ ਇਜ਼ ਅ ਵੈਰੀ ਵੈਰੀ ਗੁੱਡ ਆਪਸ਼ਨ। ਸੋ ਕੁੱਲ ਮਿਲਾ ਕੇ ਹੈ ਕਿ ਜੇ ਯੂਕੇ ਜਾਣਾ ਤਾਂ ਜਿਹੜੀਆਂ ਚੰਗੀਆਂ ਕੰਪਨੀਆਂ ਨੇ, ਕਾਉਂਸਲਿੰਗ ਲੈ ਲਓ, ਸਾਡਾ ਅਸੀਂ ਕਦੋਂ ਰਿਕਮੈਂਡ ਨਹੀਂ ਕਰਦੇ ਕਿ ਉਹਨਾਂ ਤੋਂ ਫਾਈਲ ਲਓ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਸੈਟਿਸਫਾਈਡ ਹੋ ਤਾਂ ਫਾਈਲ ਲਓ, ਪਰ ਕਾਉਂਸਲਿੰਗ ਤਾਂ ਲੈ ਲਓ। 10 ਜਗ੍ਹਾ ਘੁੰਮ ਲਓ, ਮਾਰਕੀਟ 'ਚ 25 ਰੁਪਏ 30 ਰੁਪਏ ਕਿਲੋ ਦੇ ਅਮਰੂਦ ਲੈਣੇ ਹੁੰਦੇ ਆ, 100 ਰੁਪਏ ਦੇ ਅੰਬ ਲੈਣੇ ਹੁੰਦੇ ਆ, 10 ਕਰੇੜੀਆਂ ਦੇ ਨਵਨੀ ਜੀ ਹੱਥ ਲਾ ਲੈਣੇ, ਉੱਥੇ ਬਹਿਸ ਕਰਦੇ ਨਾ ਵੀ ਭਾਈ 10 ਰੁਪਏ ਘੱਟ ਲਾ ਲੈ, 10 ਘੱਟ ਕਰ ਲੈ। ਅੱਛਾ ਜਿਹੜਾ ਪੈਕੇਜ ਵਾਲਾ ਏਜੰਟ ਹੈ ਉਹ ਸਾਡੇ ਕੋਲੇ ਤਾਂ 10-20 ਹਜ਼ਾਰ ਫੀਸ ਦੇ ਲੈਣਗੇ, ਰੌਲਾ ਪੈ ਜੂ ਪੈਕੇਜ ਵਾਲੇ ਨੂੰ 15 ਲੱਖ ਦੇ ਜਾਂਦੇ ਨਾ ਨਾ ਨੂੰ ਜੀ, ਹੋਰ ਨਵੀਂ ਕਮਾਲ ਦੀ ਗੱਲ, ਉਹ ਕੁੰਦ ਨੇ ਵੀ ਕੈਨੇਡਾ ਜਾਣਾ, ਠੀਕ ਹੈ ਜੀ 20 ਲੱਖ ਰੁਪਏ ਲੱਗੂਗਾ ਆਹ ਕਾਗਜ਼ ਜੀ, ਪੈਸੇ ਵੀਜ਼ੇ ਤੋਂ ਬਾਅਦ। ਚਲੋ ਸਵਾਲ ਇਹ ਨਹੀਂ ਹੁੰਦਾ ਕਾਲਜ ਕਿਹੜਾ, ਕੋਰਸ ਕਿਹੜਾ, ਅੱਗੋਂ ਇਹ ਵੀ ਕਹਿੰਦੇ ਨੇ ਕਿ ਤੈਨੂੰ ਕੀ ਲੈਣਾ, ਤੂੰ ਕੈਨੇਡਾ ਜਾਣਾ, ਦੇਖੋ ਬਿਲਕੁਲ ਮਤਲਬ ਦਿਖਾਣ ਦੇਖੋ ਪੰਜਾਬ ਦਾ। ਮੈਂ ਇੱਕ ਯੂਨੀਵਰਸਿਟੀ ਨਾਲ ਬੈਠਾ, ਬੜੀ ਪੁਰਾਣੀ ਗੱਲ ਹੈ, ਉੱਥੇ ਗੱਲਾਂ ਹੋਈਆਂ, ਕਹਿੰਦਾ ਮੇਰੇ ਕੋਲ ਮੁੰਡਾ ਓਨਟੈਰੀਓ ਉਤਰਿਆ, ਅਤੇ ਕਹਿੰਦਾ ਮੈਂ ਫਲਾਣੇ ਏਜੰਟ ਕੋਲੋਂ ਆਇਆ, ਕੋਈ ਪੰਜਾਬ ਦੀ ਕੰਸਲਟੈਂਸੀ, ਕਹਿੰਦਾ ਤੂੰ ਯਾਰ ਵੈਂਕੂਵਰ ਜਾਣਾ, ਤੂੰ ਮੇਰੇ ਕੋਲ ਜਿਹੜੀ ਰਿਫੰਡ ਲੈਟਰ ਪਾਈ ਹੈ ਕਿ ਤੂੰ ਵੈਂਕੂਵਰ ਦੇ ਫਲਾਣੇ ਕਾਲਜ ਜਾਣਾ, ਤੂੰ ਓਨਟੈਰੀਓ 'ਚ ਬੈਠਾ, ਉਹਨੂੰ ਜਵਾਬ ਦਿੱਤਾ ਉਹਨੇ, ਕਹਿੰਦਾ ਏਜੰਟ ਨੂੰ ਸਰ ਪਹੁੰਚ ਦੀ ਗੱਲ ਹੋਈ ਸੀ, ਉਹ ਕਹਿੰਦਾ ਭਾਈ ਤੇਰੀ ਸ਼ਹਿਰ ਦੀ ਗੱਲ ਤਾਂ ਹੋਈ ਨਹੀਂ, ਚਲੋ ਉਹ ਵੀ ਠੀਕ ਹੈ ਜੀ ਆਪਣੀ ਥਾਂ 'ਤੇ। ਦੱਸੋ ਇਹ ਧਾਰਨਾ ਜਿਹੜੀ ਹੋਈ ਸਰ ਪਹੁੰਚ ਦੀ ਗੱਲ ਹੋਈ, ਜਿਹੜੀ ਤੁਸੀਂ ਗੱਲ ਕਹੀ ਕਿੱਥੇ ਓਨਟੈਰੀਓ ਕਿੱਥੇ ਵੈਂਕੂਵਰ, ਵੀ ਤੇਰੀ ਪਹੁੰਚ ਦੀ ਗੱਲ ਹੋਈ ਸੀਗੀ, ਤੂੰ ਤੈਨੂੰ ਪੁੱਛਾਂ। ਚਲੋ ਨਹੀਂ ਜੀ, ਖੈਰ ਇਹ ਇਹ ਅਜਿਹਾ ਪ੍ਰਦੇਸ਼ ਹੈ, ਇਹ ਅਜਿਹੀ ਇੰਡਸਟਰੀ ਹੈ, ਮੈਨੂੰ ਲੱਗਦਾ ਸਾਡੇ ਤੋਂ ਬਾਅਦ ਕਈ ਪੀੜ੍ਹੀਆਂ ਆਉਣਗੀਆਂ, ਉਹ ਇਸੇ ਚੀਜ਼ 'ਤੇ ਡਿਸਕਸ਼ਨਾਂ ਕਰਿਆ ਕਰਨਗੀਆਂ, ਮੁੱਕਣਾ ਨਹੀਂ ਮੁੱਦਾ, ਸਮੁੰਦਰ ਹੈ। ਚਲੋ ਹੁਣ ਗੱਲ ਕਰ ਲਈਏ ਜੀ ਗ੍ਰੀਸ ਦੀ ਥੋੜ੍ਹੀ ਜਿਹੀ। ਗ੍ਰੀਸ ਦਾ ਤੁਸੀਂ ਦੱਸ ਰਹੇ ਸੀ ਕੀ ਸਿਸਟਮ ਹੈ, ਕੀ ਬੈਨੀਫਿਟ? ਭਾਜੀ ਅਸੀਂ ਸ਼ੈਨਿਗਨ ਸਟੂਡੈਂਟ ਵੀਜ਼ਾ ਲੈ ਕੇ ਆਏ ਹਾਂ, ਪਰ ਸ਼ੈਨਿਗਨ ਦੀ ਐਂਟਰੀ ਨਹੀਂ ਲੈ ਕੇ ਆਏ। ਪਹਿਲਾਂ ਕਿਰਪਾ ਕਰਕੇ ਮੈਨੂੰ ਉਹ ਬੱਚੇ ਫੋਨ ਨਾ ਕਰਿਓ ਜਿਹੜੇ ਕਹਿੰਦੇ ਵੀ ਅੱਜ ਪਹੁੰਚ ਕੇ ਕੱਲ੍ਹ ਭੱਜ ਜਾਣਾ, ਸਾਡੀ TRC ਹੋ ਜੂ, ਅਸੀਂ ਐਂ ਕਰ ਲਉਂਗੇ, ਐਂ ਕਰ ਲਉਂਗੇ, ਮੇਰੇ ਕੋਲ ਨਾ ਆਇਓ ਭਾਈ, ਸਾਡੇ ਕੋਲ ਉਹ ਬੱਚਾ ਆਇਓ। ਹਾਂ ਹੁਣ ਆਪਾਂ ਸ਼ੈਨਿਗਨ ਆਏ ਕਿਹੜਾ, ਜਿੱਦਾਂ 4-5 ਸਾਲ ਦਾ 12ਵੀਂ ਤੋਂ ਬਾਅਦ ਗੈਪ ਹੈ, ਜੇ BA BCOM MBA ਕਰਕੇ 10 ਸਾਲ ਵੀ ਹੋ ਗਏ ਨੌਕਰੀ ਕਰਦੇ ਹਾਂ, 12 ਸਾਲ ਵੀ ਹੋ ਗਏ, 15 ਸਾਲ ਵੀ ਹੋ ਗਏ, ਔਰ ਤੁਸੀਂ ਅੰਗਰੇਜ਼ੀ 'ਚ ਜਵਾਬ ਦੇ ਸਕਦੇ ਹੋ। ਅੰਗਰੇਜ਼ੀ ਬਹੁਤ ਲੰਬੀ ਚੌੜੀ ਬੋਲਣ ਦੀ ਗੱਲ ਨਹੀਂ ਕਰ ਰਹੇ ਹਾਂ ਭਾਜੀ, ਸਾਡੇ ਕੋਲ ਜਿਹੜੀ ਯੂਨੀਵਰਸਿਟੀ ਆਈ ਨਾ, ਬੇਸਿਕਲੀ ਅਮੈਰੀਕਨ ਯੂਨੀਵਰਸਿਟੀ ਹੈ, ਇਹਦਾ ਇੱਕ ਅਮੈਰੀਕਾ ਕੈਂਪਸ ਹੈ, ਯੂਨੀਵਰਸਿਟੀ ਹੈ, ਕਾਲਜ ਨਹੀਂ ਹੈ। ਪਹਿਲੀ ਗੱਲ ਸਿਰਫ ਬੈਚਲਰ ਡਿਗਰੀਜ਼ ਔਰ ਮਾਸਟਰ ਡਿਗਰੀਜ਼ ਹੈ, ਟ੍ਰਾਂਸਫਰ ਪ੍ਰੋਗਰਾਮ ਫਰੋਮ ਗ੍ਰੀਸ ਟੂ US ਵੀ ਹੈਗਾ, ਅਤੇ ਤੁਸੀਂ ਉੱਥੇ ਪੜ੍ਹ ਕੇ ਵੀ ਕਰ ਸਕਦੇ ਹੋ। ਜਿਹੜਾ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ ਭਾਜੀ, ਇਹਦੇ 'ਚ ਇਹ ਹੈ ਕਿ ਡਿਗਰੀਜ਼ ਹਰ ਪ੍ਰਕਾਰ ਦੀਆਂ, ਮਾਸਟਰਜ਼ ਹਰ ਪ੍ਰਕਾਰ ਦੀਆਂ, ਬੱਚੇ ਨੂੰ TRC ਤੱਕ ਯੂਨੀਵਰਸਿਟੀ ਸਪੋਰਟ ਕਰਦੀ ਹੈ। ਸੋ ਜੈਨੂਇਨ ਬੱਚਾ ਜਿਹੜਾ ਸ਼ੈਨਿਗਨ, ਹਾਂ ਠੀਕ ਹੈ, ਸ਼ੈਨਿਗਨ TRC ਮੀਨਸ ਸ਼ੈਨਿਗਨ TRC, ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਮੈਨੂੰ ਦੂਜੇ ਤਰੀਕੇ ਏਜੰਟ ਵਾਲੇ ਤਰੀਕੇ ਨਾਲ ਪੇਛਦਾ, ਤੈਨੂੰ ਯੂਰਪ ਪਹੁੰਚਾ ਤਾ ਭਾਈ, ਔਰ ਪਹੁੰਚ ਗਿਆ, ਸੱਚੀ ਪਹੁੰਚ ਗਿਆ। ਮੈਨੂੰ ਭਾਜੀ, ਮੈਂ ਕਿਸੇ ਨੂੰ ਦੱਸਿਆ, ਮੈਂ ਕਿਹਾ
ਜੇ ਆਪਾਂ ਨੂੰ ਇੱਕ ਕੰਟਰੀ ਜੈਨੂਇਨ ਸਟੱਡੀ ਰੂਟਸ ਦੇ ਰਹੀ ਹੈ ਨਾ, ਆਪਾਂ ਉਹਨੂੰ ਇਵੈਲੂਏਟ ਕਰੀਏ। ਸੋ ਕੰਡੀਸ਼ਨਾਂ ਕੀ ਹੈ ਕਿ ਅੰਗਰੇਜ਼ੀ ਬੋਲ ਸਕਦਾ ਹੋਵੇ, ਇੱਕ ਬੇਸਿਕ ਇੰਟਰਵਿਊ ਜ਼ਰੂਰ ਹੋਣੀ ਕਾਲਜ ਵੱਲੋਂ, ਅੰਬੈਸੀ ਵੱਲੋਂ ਵੀ ਹੋਣੀ ਹੈ, ਬਟ ਜਿਹੜਾ ਬੰਦਾ ਬੇਸਿਕ ਜਵਾਬ ਦੇ ਲੈਂਦਾ ਇਟ ਬੀਇੰਗ ਅ ਬਿਗਰ ਯੂਨੀਵਰਸਿਟੀ, ਐਕਸਪਲੇਨ ਕਰਨਾ ਸੌਖਾ। ਹੁਣ ਪ੍ਰੋਬਲਮ ਕਿੱਥੇ ਆਉਂਦੀ ਭਾਜੀ, ਮੈਂ ਲਾਟਵੀਆ ਲੁਟੀਨੀਆ ਦੇ ਕੋਈ ਛੋਟਾ ਕਾਲਜ ਲੈ ਲੈਂਦਾ, ਉਹ ਇਹ ਨਹੀਂ ਕਿ ਉੱਥੇ ਵੀਜ਼ਾਸ ਨਹੀਂ ਆਉਣਗੇ। ਮੈਂ ਕਹਿੰਦਾ ਜੀ ਮੈਂ MBA ਇੱਥੇ ਇੰਡੀਆ 'ਚ ਬੀਟੈਕ ਕੀਤੀ, ਮੈਂ ਇਸ ਰਣਬੀਰ ਭਾਜੀ ਕੋਲ ਜੋਬ ਕਰਦਾ ਸੀ, ਮੈਂ 10 ਸਾਲ ਨੌਕਰੀ ਕੀਤੀ, ਮੈਂ ਪੜ੍ਹਨਾ ਚਾਹੁੰਦਾ ਕਿੱਥੇ, ਲਾਟਵੀਆ 'ਚ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ। ਕਹਿੰਦਾ ਤੇਰੇ ਮੁਲਕ 'ਚ MBA ਮੁੱਕ ਗਈ, ਤੇਰੇ PTU ਵਰਗਾ ਸਾਰਾ ਬੈਠਾ, ਚਿਤਕਾਰਾ ਬੈਠਾ, ਤੇ ਕਿੰਨੀਆਂ ਯੂਨੀਵਰਸਿਟੀਆਂ ਬੈਠੀਆਂ ਵੱਡੀਆਂ ਤੋਂ ਵੱਡੀਆਂ, ਵੀ ਤੇਰੀਆਂ ਮੁੱਕ ਗਈਆਂ। ਸੋ ਵੀਜ਼ਾ ਅਫਸਰ ਵੀ ਅੰਡਰਸਟੈਂਡ ਕਰਦਾ, ਜਾਂ ਆਪਾਂ ਕਹਿੰਦੇ ਹਾਂ ਜੀ ਭਾਜੀ ਕਿ ਮੈਂ ਸਾਈਪ੍ਰਸ ਜਾਣਾ ਪਰ ਮੈਂ ਡਿਪਲੋਮਾ ਕਰਨਾ ਹਸਪਿਟੈਲਿਟੀ ਦਾ 8 ਮਹੀਨੇ ਦਾ, ਕਿਹਾ ਉਹਦੇ 5 ਸਾਲ ਤੋਂ ਵਿਹਲਾ ਸੀ, ਉਹਦੇ ਤੇਰੇ ਆਏ ਚੇ ਮੁੱਕ ਗਏ, ਰਾਈਟ। ਸੋ ਡਿਗਰੀ ਨੂੰ ਕਿਤੇ ਨਾ ਕਿਤੇ ਤਰਜੀਹ ਇੰਟਰਵਿਊ 'ਚ ਦਿੱਤੀ ਜਾਂ ਐਕਸਪਲੇਨ ਕਰਨਾ ਵੇ ਈਜ਼ੀਅਰ ਹੈ ਕਿ ਮੈਂ ਬਾਹਰ ਕਿਉਂ ਜਾਣਾ ਚਾਹੁੰਦਾ। ਜੀ ਨਵਨੀ ਜੀ, ਸਮਾਂ ਭਾਵੇਂ ਥੋੜ੍ਹਾ ਹੈ ਪਰ ਇਹ ਸਾਡਾ ਇੱਕ ਫਰਜ਼ ਵੀ ਹੈ, ਔਰ ਪੰਜਾਬੀਆਂ ਦੀ ਚਾਹਨਾ ਵੀ ਹੁੰਦੀ ਹੈ, ਪੰਜਾਬੀਆਂ ਦਾ ਸਭ ਤੋਂ ਵੱਡਾ ਬ੍ਰਾਂਡ ਵੀ ਹੈ। ਜੇ ਕੈਨੇਡਾ ਬਾਰੇ ਗੱਲਾਂ ਹੋਵੇ ਸ਼ੋਅ ਥੋੜ੍ਹਾ ਬਿਲਕੁਲ ਅਧੂਰਾ ਲੱਗਦਾ ਹੈਗਾ ਭਾਜੀ। ਕੈਨੇਡਾ ਨਵੰਬਰ ਤੋਂ ਲੱਗਦਾ ਹੈ ਕਿ ਬੱਚੇ ਲਿਜਾਣੇ ਵੀ ਸ਼ੁਰੂ ਕਰੂਗਾ ਵੱਡੇ ਪੱਧਰ 'ਤੇ, ਔਰ ਤੁਸੀਂ ਵੀ ਗੱਲ ਕਰ ਰਹੇ ਸੀਗੇ ਕਿ ਨਵੰਬਰ ਤੋਂ ਬਦਲਾਵ ਆਉਣ ਦੀ ਉਮੀਦ ਹੈ, ਬਟ ਭਾਜੀ ਪ੍ਰੋਬਲਮ ਕੀ ਹੈ, ਬੱਚਾ ਆਇਲਸ ਨਹੀਂ ਕਰ ਰਿਹਾ, ਉਸ ਚੱਕਰ 'ਚ ਬੱਚਾ ਸਪਟੈਂਬਰ 'ਚ ਪਹੁੰਚੂ। ਅੱਜ ਇਹ ਨਹੀਂ ਸਮਝ ਰਹੇ ਵੀ ਜਦੋਂ ਜਨਵਰੀ ਇਨਟੇਕ ਖੁੱਲਿਆ ਪੁਰਾਣਾ ਬੈਕਲੌਗ ਕਿੰਨਾ ਪਿਆ ਉਹੀ ਜਾਣੇ, ਮਈ ਇਨਟੇਕ 'ਚ ਵੀ ਉਹੀ ਬੱਚੇ ਜਾਣੇ, ਆਲਮੋਸਟ ਇਹਨਾਂ ਦੀ ਫਾਈਲ ਲੱਗ ਚੁੱਕੀ ਹੈ। ਬ੍ਰਦਰ ਤੁਸੀਂ ਸਪਤੰਬਰ 21 ਦੀ ਤਿਆਰੀ ਕਰ ਲਓ, ਇਹ ਨਾ ਹੋਵੇ ਜਨਵਰੀ 22 ਜਾਓ। ਭਾਜੀ ਮੇਰੀ ਗੱਲ ਸ਼ਾਇਦ ਲੋਕੀ ਕਹਿਣ ਵੀ ਸਰ ਨੂੰ ਕੀ ਹੋ ਗਿਆ ਜਨਵਰੀ 22 ਦੀ ਗੱਲ ਕਰ ਰਿਹਾ, ਤੁਸੀਂ ਦੱਸੋ ਭਾਜੀ ਕਿੰਨੇ ਕੁ ਹਜ਼ਾਰ ਬੱਚਾ ਇੰਡੀਆ 'ਚ ਬੈਠਾ ਜਿਹਨੂੰ ਡੈਫਰ ਕੀਤਾ ਗਿਆ ਮਈ ਤੋਂ ਜਨਵਰੀ ਜੂਨ ਤੱਕ। ਅਸਲ 'ਚ ਜੇ ਦੇਸੀ ਭਾਸ਼ਾ 'ਚ ਕੈਲਕੂਲੇਸ਼ਨ ਲਾ ਲਓ ਤੁਸੀਂ 15 ਮਾਰਚ ਤੋਂ ਬਾਅਦ ਇਹ ਤਾਂ ਹੈ ਨਹੀਂ ਕੋਈ 5-4 ਹਜ਼ਾਰ ਬੱਚੇ ਗਏ, 21 ਦੀ ਰਾਤ ਦੇ ਵਿੱਚ ਕੋਈ 10 ਲੱਖ ਬੱਚਾ ਚੜ ਗਿਆ ਦੁਨੀਆ ਦਾ, ਐਸਾ ਕੁਛ ਨਹੀਂ ਹੈ। 10-15 ਮਾਰਚ ਤੋਂ ਬਾਅਦ ਇੱਕ ਕਿਸਮ ਦਾ ਸਿਸਟਮ ਰੁਕਿਆ ਹੋਇਆ ਸੀ, ਹੁਣ ਜਾ ਕੇ ਬੱਚੇ ਬਹੁਤ ਥੋੜ੍ਹੇ ਸਿਸਟਮ 'ਚ ਗਏ ਨੇ। ਇਹ ਸਾਰੇ ਦੇ ਵਿੱਚੋਂ ਬੜੀਆਂ ਸਾਰੀਆਂ ਪ੍ਰੋਬਲਮਾਂ ਕਰਕੇ ਬੱਚੇ ਡੈਫਰਡ ਹੁੰਦੇ ਹੋਏ, ਮੈਨੂੰ ਲੱਗਦਾ ਕਹਿੰਦੇ ਹੁੰਦੇ ਜਿਵੇਂ ਜਨਵਰੀ ਇਨਟੇਕ ਛੋਟਾ ਹੁੰਦਾ, ਮਈ ਛੋਟਾ ਹੁੰਦਾ, ਸਭ ਤੋਂ ਵੱਡਾ ਜਾਂ ਉਹਨਾਂ ਨੂੰ ਵੱਡਾ ਕਰਨਾ ਪੈਣਾ, ਨਹੀਂ ਭਾਜੀ ਕਰ ਨਹੀਂ ਸਕਦੇ ਉਹਦੇ 'ਚ ਇੱਕ ਪ੍ਰੋਬਲਮ। ਕੈਨੇਡਾ ਦੇ ਵਿੱਚ ਵੀ ਜਿਹੜੇ ਟੀਚਰਸ ਹੈ ਉਹ ਯੂਨੀਅਨ ਇੰਪਲੋਇਜ਼ ਹੈ, ਪੂਰਾ ਇੱਕ ਸਿਸਟਮ ਹੈ ਉੱਥੇ, ਟੀਚਰ ਬੜੇ ਸੀਰੀਅਸ ਹੈ, ਉਹਨਾਂ ਨੂੰ ਨਵੀਂ ਅਪਰੂਵਲ ਲੈਣਾ, ਨਵਾਂ ਕੈਂਪਸ ਅਪਰੂਵ ਕਰਾਉਣਾ, ਉਹ ਇੰਨੀ ਕੁ ਹਾਈ ਕੋਸਟ ਹੈ ਬ੍ਰਦਰ, ਇੰਨੀ ਕੁ ਹਾਈ ਕੋਸਟ ਹੈ, ਰਾਈਟ। ਟੀਚਰਸ ਦੇ ਆਵਰਸ ਹੈ ਭਾਜੀ, ਵੀ ਉਹਨੇ ਟੀਚਰ ਨੇ 20 ਆਵਰਸ ਅ ਵੀਕ ਪੜ੍ਹਾਉਣਾ, 30 ਆਵਰਸ ਪੜ੍ਹਾਉਣਾ, ਇੰਡੀਆ ਵਾਲਾ ਕੰਮ ਤਾਂ ਹੈ ਨਹੀਂ ਵੀ ਹੁਣ 4 ਦੁਕਾਨਾਂ ਹੋਰ ਲੈ ਲਾ, 10 ਬੰਦੇ ਹੋਰ ਵਟਾਲਾ ਵੀ ਕੰਮ ਹੋ ਗਿਆ। ਸੋ ਬੱਚਾ ਡੈਫਰ ਹੋਊਗਾ ਹੀ ਹੋਊਗਾ, ਔਰ ਖਾਸ ਕਰ ਜਿਹਨਾਂ ਨੇ ਆਨਲਾਈਨ ਪੜ੍ਹਾਈ ਕਮੈਂਸ ਹੀ ਨਹੀਂ ਕੀਤੀ ਉਹ ਤਾਂ ਜਮਾਂ ਡੈਫਰ ਹੋਊ, ਜਿਹੜੇ ਜਮਾਂ ਹੀ ਸੋਚੀ ਬੈਠੇ ਹੈ। ਭਾਜੀ ਮਾਂ ਪਿਓ ਨਾਲ ਬੈਠੇ ਕਹਿ ਰਹੇ ਹੈ ਕਿ ਸਰ ਇਹਦਾ ਇੰਟਰਨੈਟ ਨਹੀਂ ਚੱਲਦਾ, ਮੈਂ ਕਹਿੰਦਾ ਇੰਸਟਾਗ੍ਰਾਮ ਖੋਲੀ ਕੱਲ ਰਾਤੀ ਕਿੰਨੇ ਵਜੇ ਆਨ ਸੀ, ਇੰਸਟਾਗ੍ਰਾਮ ਚਲਾਉਣ ਨੂੰ, ਫੇਸਬੁੱਕ ਚਲਾਉਣ ਨੂੰ ਇੰਟਰਨੈਟ ਚੱਲਦਾ, ਪੜ੍ਹਾਈ ਕਰਨ ਨੂੰ ਇੰਟਰਨੈਟ ਬੰਦ। ਅਸਲ 'ਚ ਨਵਨੀ ਜੀ ਕੀ ਹੁੰਦਾ ਨਾ, ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਜਿਹੜੇ ਹੁਣ ਸਾਡੇ ਬੱਚੇ ਨੇ ਛੋਟੇ ਨੇ, ਉਹ ਸਕੂਲ ਜਾਣ ਵੇਲੇ ਕਈ ਤਰ੍ਹਾਂ ਦੇ ਬਹਾਨੇ ਲੱਭਦੇ ਆ, ਆਪਾਂ ਕਹਿੰਦੇ ਹੁੰਦੇ ਸੀ ਬੱਸ ਨਹੀਂ ਮਿਲੀ, ਸਾਈਕਲ 'ਚ ਪੈਂਚਰ ਹੋ ਗਿਆ, ਸਾਈਕਲ ਪੈਂਚਰ ਹੋ ਗਿਆ। ਸੋ ਅੱਜ ਮੈਂ ਕੱਢੀ ਜੀ ਟਾਇਰ ਦੀ ਹਵਾ ਕੀ ਭਰੀ, ਆਨਲਾਈਨ 'ਚ ਕੀ ਹੈ, ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਈਕਲ ਪੈਂਚਰ ਹੋ ਗਿਆ ਜੀ, ਤੁਸੀਂ ਇਹੀ ਕਹੋਗੇ ਨੈਟ ਰਿੰਗ। ਹੁਣ ਬਹਾਨਾ ਤਾਂ ਮੁੱਕਣਾ ਨਹੀਂ ਕਦੇ, ਉਹ ਬੱਚੇ ਨੂੰ ਚਾਹੀਦਾ ਹੀ ਚਾਹੀਦਾ, ਚਾਹੇ ਉਹ ਰਿਲੈਕਸ ਵਾਸਤੇ ਚਾਹੀਦਾ, ਮਾਂ ਪਿਓ ਨੂੰ ਬੁੱਧੂ ਬਣਾਉਣ ਨੂੰ ਚਾਹੀਦਾ, ਜਾਂ ਟਾਲ ਮਟੋਲ ਕਰਨ ਨੂੰ ਚਾਹੀਦਾ, ਉਹਨੇ ਗੱਲ ਕਰਨੀ, ਔਰ ਇਹ ਨੁਕਸਾਨ ਖਾਣਗੇ ਭਾਜੀ। ਇਹਨਾਂ ਦੇ ਪੈਸੇ ਇਹ ਭੁੱਲ ਰਹੇ ਕਿ ਫੀਸਾਂ ਵੀ ਉੱਥੇ ਪਈਆਂ, GIC ਵੀ ਉੱਥੇ ਪਈਆਂ, ਇਹ ਭੁੱਲ ਰਹੇ ਕਿ ਮਾਂ ਪਿਓ ਦਾ 15-18 ਲੱਖ ਰੁਪਏ ਕੈਨੇਡਾ 'ਚ ਪਿਆ, ਕਿਉਂਕਿ ਬੱਚੇ ਨੂੰ ਤਾਂ ਨਾ ਵਿਆਜ ਪੈ ਰਿਹਾ ਨਾ ਬੱਚੇ ਨੇ ਉਹ ਕਮਾਇਆ। ਸਵਾਲ ਵੀ ਬਹੁਤ ਹੋਣਗੇ ਨਵਨੀਤ ਜੀ, ਹਾਲੇ ਅਸੀਂ ਇਹ ਨਹੀਂ ਸੋਚ ਰਹੇ ਕਿ ਕੈਨੇਡਾ ਜਾ ਕੇ ਅਸੀਂ ਕੋਈ ਗਲਤੀ ਕਰ ਲੈਣੇ, ਉਹ ਮਾਫ਼ ਹੋ ਜਾਂਦੀ ਹੈ, ਕਿਉਂ ਹੋ ਜਾਂਦੀ ਹੈ, ਕਿਉਂਕਿ ਤੁਸੀਂ ਉੱਥੇ ਪਹੁੰਚ ਚੁੱਕੇ ਹੋ, ਤੁਹਾਡੇ ਵਿੱਚ ਇੱਕ ਹਰਡਲ ਖੜੀ ਹੈ ਜਿਹੜੀ 2 ਜਗ੍ਹਾ ਤੁਹਾਨੂੰ ਸਵਾਲ ਕਰੂਗੀ, ਦਿੱਲੀ ਤੇ ਜਿਹੜੇ ਡੈਸਟੀਨੇਸ਼ਨ ਤੇ ਕੈਨੇਡਾ ਉੱਤੇ, ਉਹ 2 ਸਵਾਲ ਹੋਣਗੇ, ਉਹਨਾਂ ਵਾਸਤੇ ਤੁਹਾਡੇ ਕੋਲ ਕੀ ਜਵਾਬ ਹੋਣਗੇ ਨਵਨੀਤ ਜੀ? 30 ਸੈਕਿੰਡ ਬੱਚੇ ਨੇ ਕੁਝ ਖਾਸ। ਭਾਜੀ ਆਇਲਸ ਅਕੈਡਮੀਆਂ ਦੀ ਉਮੀਦ ਹੈ ਕਿ 15 ਤਰੀਕ ਤੋਂ ਖੁੱਲ ਜਾਣਗੀਆਂ, ਬਟ ਡਿਪੈਂਡ ਨਾ ਕਰਦੇ ਹੋਏ ਆਨਲਾਈਨ ਆਇਲਸ, ਈਵਨ ਖੁੱਲਣ ਤੋਂ ਬਾਅਦ ਵੀ ਆਨਲਾਈਨ ਆਇਲਸ ਨੂੰ ਤਰਜੀਹ ਦੇ ਲਓ, ਕਿਉਂਕਿ ਹਰ ਚੰਗੀ ਇੰਸਟੀਚਿਊਟ ਦੀ ਕਪੈਸਿਟੀ 1/3 ਤੇ ਖੁੱਲਣ। ਜੇ ਮੈਂ 200 ਬੱਚਾ ਪੜ੍ਹਾ ਸਕਦਾ ਸੀ, ਮੈਂ 50-60 ਬੱਚੇ ਤੋਂ ਬਾਅਦ ਐਡਮਿਸ਼ਨ ਫਿਜ਼ੀਕਲੀ ਨਹੀਂ ਹੋਣੀ ਹੈ। ਬਿਲਕੁਲ ਠੀਕ ਹੈ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਆ ਉਹਦਾ ਲੈਟਰ 'ਚ ਲਿਖੀ ਵੀ ਸਾਰਿਆਂ ਨੇ ਕਿ ਮੇਨਟੇਨ ਕਰਾਂਗੇ, ਜੇ ਉਹ ਨਹੀਂ ਕਰਾਂਗੇ ਦੁਬਾਰਾ ਬੰਦ ਹੋ ਜਾਣਗੇ। ਸੋ ਉਮੀਦ ਕਰਾਂਗੇ ਅੱਜ ਦਾ ਸ਼ੋਅ ਤੁਹਾਡੇ ਲਈ ਲਾਹੇਵੰਦ ਰਹੂਗਾ। ਉਹਨਾਂ ਵਿਦਿਆਰਥੀਆਂ ਦੀ ਗੱਲ ਜ਼ਰੂਰ ਕੀਤੀ ਹੈ ਜਿਹੜੇ ਕਿ UK ਨੂੰ ਲੈ ਕੇ ਕਾਫੀ ਕਨਫਿਊਜ਼ ਸੀਗੇ, ਉਹਨਾਂ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਜਿਹੜੇ ਪਹੁੰਚ ਮੁਹਿੰਮ ਯੂਰਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ, ਉਹਨਾਂ ਲਈ ਇੱਕ ਚੰਗਾ ਰਸਤਾ ਗ੍ਰੀਸ, ਬਾਇਆ ਸਟੱਡੀ ਜਾਓਗੇ, ਲੰਮਾ ਵੀਜ਼ਾ ਲੱਗੇਗਾ, ਲੀਗਲ ਤਰੀਕੇ ਨਾਲ ਉੱਥੇ ਰਹੋਗੇ, ਹੋਰ ਬਹੁਤ ਸਾਰੇ ਰਸਤੇ ਨਿਕਲ ਸਕਦੇ ਨੇ। ਇਸ ਤੋਂ ਇਲਾਵਾ ਗੱਲ ਕੈਨੇਡਾ ਦੀ ਹੋਈ, ਆਸਟ੍ਰੇਲੀਆ ਵਾਲੇ ਬੱਚਿਆਂ ਨੂੰ ਮਾਫ਼ੀ, ਕਿਉਂਕਿ ਸਮੇਂ ਦੀ ਘਾਟ ਸੀਗੀ, ਇਹ ਤੁਹਾਡੇ ਨਾਲ ਪ੍ਰੋਮਿਸ ਰਿਹਾ ਕਿ ਅਗਲੇ ਸ਼ੋਅ ਦੇ ਵਿੱਚ ਸ਼ੁਰੂਆਤ ਜਿਹੜੀ ਆਸਟ੍ਰੇਲੀਆ ਤੋਂ ਕਰੋਗੇ। ਸੋ ਸ਼ੁਕਰੀਆ ਜੀ, ਥੈਂਕ ਯੂ। ਦਰਸ਼ਕਾਂ ਦਾ ਵੀ ਧੰਨਵਾਦ, ਅੱਜ ਸ਼ੋਅ ਇੱਥੇ ਖਤਮ ਕਰਾਂਗੇ ਆਪਣੇ ਦੋਸਤ ਰਣ